ਪੰਜਾਬ 'ਚ 19 ਸਤੰਬਰ ਨੂੰ ਬਲਾਕ ਸਮਿਤੀ ਚੋਣਾਂ ਦੇ ਲਈ ਮਤਦਾਨ ਹੋਵੇਗਾ। ਉਸ ਦੇ ਲਈ ਹਰ ਬਲਾਕ ਸਮਿਤੀ ਦੇ ਲਈ ਚੁਣਾਵ ਲੜਨ ਵਾਲੇ ਉਮੀਦਵਾਰ ਆਪਣਾ ਨਾਮਕਰਨ ਚੁਣਾਵ ਅਧਿਕਾਰੀਆਂ ਨੂੰ ਸੌਂਪ ਰਹੇ ਨੇ। ਉੱਥੇ ਅਕਾਲੀ ਉਮੀਦਵਾਰਾਂ ਨੇ ਸੁਰਜੀਤ ਸਿੰਘ ਰਾਖੜਾ ਦੇ ਨੇਤਰਤਵ ਹੇਠ ਆਪਣੇ ਚੁਣਾਵ ਦੇ ਫਾਰਮ ਚੁਣਾਵ ਅਧਿਕਾਰੀ ਅਰਵਿੰਦ ਕੁਮਾਰ ਨੂੰ ਦਿੱਤੇ। ਪਰ ਅੱਜ ਤੋਂ 3 ਦਿਨ ਹੋ ਗਏ, ਹੈਰਾਨ ਹੋਏ, ਹਾਲੇ ਵੀ ਸਾਡੇ ਫਾਰਮ ਨੇ ਕੰਪਲੀਟ ਨਾ ਹੋਇਆ। ਕਹਿੰਦਾ ਜੀ ਕਿੱਥੇ ਬੈਠਾ ਹੈ, ਵੀਡੀਓ ਕਿੱਥੇ ਬੈਠਾ ਹੈ, ਇਹ ਬੈਠਿਆ ਫਰਾਰ ਕਰਨ ਦੀ ਗੱਲ ਹੈ। ਮੇਰਾ ਖਿਆਲ ਹੈ ਵੀ ਇੰਨੀ ਗੁੰਡਾਗਰਦੀ ਮੈਂ ਪਹਿਲੀ ਜਿੰਦਗੀ ਕੋਈ ਦੇਖ ਰਿਹਾ ਕਿ ਜਿਹੜੇ ਅਫਸਰ ਨੇ ਉਹ ਕੋਈ ਲੁਕ ਰਿਹਾ, ਕਿੱਥੇ ਜਾ ਰਿਹਾ, ਕਿੱਥੇ ਜਾ ਰਿਹਾ, ਜਿਹਦੇ ਨਾਲ ਗੱਲ ਕਹੀ ਹੈ ਉਹ ਜੀ ਉੱਪਰੋਂ ਡਾਇਰੈਕਸ਼ਨਾਂ ਨੇ ਜੀ ਉੱਪਰ ਕਿਹਾ ਹੋਇਆ ਜੀ ਇਸ ਤਰ੍ਹਾਂ ਨਹੀਂ ਕਹਿੰਦੇ ਸੀ, ਇਹ ਗੱਲਾਂ ਆਮ ਚੱਲਦੀਆਂ। ਪਰ ਫਿਰ ਸਾਡੇ ਬੰਦੇ ਟਾਈਮ ਨੇ ਇਲੈਕਸ਼ਨ ਤਕੜੇ ਹੋ ਕੇ ਲੜਾਂਗੇ, ਅੱਜ ਜਿੱਤਾਂਗੇ। ਤੁਸੀਂ ਦੇਖਿਓ ਕਿ ਸ਼੍ਰੋਮਣੀ ਅਕਾਲੀ ਦਲ ਇਹ ਇਲੈਕਸ਼ਨਾਂ 'ਚ ਬੜੀ ਵੱਡੀ ਜਿੱਤ ਪ੍ਰਾਪਤ। ਸਮਾਰਤ ਨੂਰੀ ਬਾਂਸਲ ਦੀ ਰਿਪੋਰਟ, ਚੈਨਲ 2।